ਪਹਿਲਾਂ ਚੁਣੌਤੀ ਹੁਣ ਮਾਫੀ। ਬਦਲੇ ਬਦਲੇ ਨੇਤਾ ਜੀ ਦੇ ਬੋਲ, ਹੰਸ ਰਾਜ ਹੰਸ ਦੇ ਖੁਲਾਸੇ। ਕਿਸ ਨੇ ਕਿਸ ਨੂੰ ਮਾਰੀਆਂ ਸੱਟਾਂ? 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਘਦਾ ਇੱਥੇ। 3000 ਕਿੱਦਾਂ ਯਕੀਨ ਦਵਾਵਾਂ ਮੈਂ ਤੇ ਕਿਸਾਨਾਂ ਅੱਗੇ ਸਿਰ ਹੀ ਰੱਖ ਦਿੰਦਾ। ਜੀ ਹਾਂ, ਬਦਲੇ ਬਦਲੇ ਲੱਗ ਰਹੇ ਨੇ ਨੇਤਾ ਜੀ। ਇਹ ਨੇਤਾ ਜੀ ਉਹੀ ਨੇ ਜੋ ਪਹਿਲਾਂ ਤਾਂ ਕਹਿ ਰਹੇ ਸਨ ਕਿ 2 ਤਰੀਕ ਨੂੰ ਵੇਖਾਂਗੇ, ਉਸ ਤੋਂ ਬਾਅਦ ਕਿਸਾਨਾਂ ਨੇ ਵਿਰੋਧ ਕੀਤਾ, ਤਾਂ ਹੁਣ ਹੰਸ ਰਾਜ ਹੰਸ ਜੀ ਦੇ ਬਿਆਨ ਬਦਲੇ ਬਦਲੇ ਨਜ਼ਰ ਆਉਂਦੇ ਨੇ। ਇਸ ਗੱਲ ਬਾਰੇ ਜ਼ਿਕਰ ਬਾਅਦ 'ਚ ਕਰਦੇ ਹਾਂ, ਪਰ PTC ਨਿਊਜ਼ 'ਤੇ ਹੰਸ ਰਾਜ ਹੰਸ ਨੇ ਐਕਸਕਲੂਸਿਵ ਗੱਲਬਾਤ ਕਰਦਿਆਂ ਕਈ ਵੱਡੇ ਖੁਲਾਸੇ ਕੀਤੇ, ਜਿਸ 'ਚ ਉਹ ਕੱਲ੍ਹ PM ਦੀ ਪਟਿਆਲਾ ਵਾਲੀ ਰੈਲੀ ਦਾ ਜ਼ਿਕਰ ਕਰਦੇ ਵਿਖਾਈ ਦਿੱਤੇ। ਨਾਲ ਹੀ ਕਿਸਾਨਾਂ 'ਤੇ ਇਲਜ਼ਾਮ ਵੀ ਲਾਇਆ। ਹੰਸ ਰਾਜ ਹੰਸ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਦੀ ਕਾਰ ਭੰਨ ਦਿੱਤੀ ਗਈ ਅਤੇ 2 ਗਾਰਡਸ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ। ਨਾਲ ਇਹ ਵੀ ਕਿਹਾ ਗਿਆ ਕਿ ਉਹਨਾਂ ਨੂੰ ਤਾਂ ਕੱਲ੍ਹ ਲੱਗਿਆ ਸੀ ਕਿ ਉਹਨਾਂ ਦਾ ਅੰਤ ਵਾਲਾ ਸਮਾਂ ਆ ਗਿਆ। ਇੱਕ ਪਾਸੇ ਹੰਸ ਰਾਜ ਹੰਸ ਨੇ ਇਹ ਬਿਆਨ ਦਿੱਤਾ, ਤਾਂ ਦੂਜੇ ਪਾਸੇ ਕਿਸਾਨਾਂ ਨੇ ਵੀ ਹੰਸ ਰਾਜ ਹੰਸ 'ਤੇ ਗੰਭੀਰ ਇਲਜ਼ਾਮ ਲਗਾਏ ਨੇ। ਕਿਸਾਨ ਆਗੂਆਂ ਦਾ ਕਹਿਣਾ ਕਿ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਾਂ, ਪਰ ਹੰਸ ਰਾਜ ਹੰਸ ਨੇ ਗੱਡੀ ਤੇਜ਼ ਕਰਕੇ ਸਾਡੇ ਪ੍ਰਦਰਸ਼ਨਕਾਰੀ ਕਿਸਾਨ ਨੂੰ ਜ਼ਖਮੀ ਕਰ ਦਿੱਤਾ। ਹੋਸ਼ ਨਹੀਂ ਰਹੀ ਕੱਲ੍ਹ ਕੀ ਹੋਇਆ, ਗੱਡੀ ਟੁੱਟੀ ਹੋਈ ਆ, ਫੋਰਸ ਵਾਲਿਆਂ ਦੇ ਸੱਟਾਂ ਲੱਗੀਆਂ ਹੋਈਆਂ, ਗੱਡੀ ਟੁੱਟ ਗਈ ਆ। ਮੈਨੂੰ ਨਹੀਂ ਪਤਾ, ਉਹ ਵੀਡੀਓ ਦੇਖ ਕੇ ਆਈਡੀਆ ਲਾ ਲਓ ਕੀ ਸੀਗਾ ਮਨਸੂਬਾ, ਕੀ ਸੀਗੀ ਸੋਚ, ਤਲਵਾਰਾਂ ਕਿਉਂ ਸੀ, ਬਰਛੇ ਕਿਉਂ ਸੀ। 1000-1200 ਬੰਦਾ ਹੋਣਾ, ਇਸ ਤੋਂ ਵੀ ਜ਼ਿਆਦਾ ਬੰਦਾ ਸੀ। ਕੱਲ੍ਹ ਤਾਂ ਸਾਰਾ ਹੀ ਯਾਨੀ ਆਲਮ ਹੀ ਘਬਰਾ ਗਿਆ ਸੀ। ਸੋ ਇਹ ਇੱਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਉੱਥੇ ਆਇਆ। ਉੱਥੇ ਆ ਕੇ ਇੱਕ ਚਾਲ ਚੱਲਦਿਆਂ ਉਸ ਇਕੱਠ ਦੇ ਵਿੱਚ ਆ ਕੇ ਉਸ ਹਾਲਾਤ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ, ਜਿਹੜੀ ਇਹ ਕਹਿ ਰਿਹਾ ਕਿ ਉੱਥੇ ਬੰਦੇ ਜ਼ਖਮੀ ਹੋ ਗਏ। ਯਾਰ, ਗੱਡੀ ਚੜ੍ਹਾ ਕੇ ਬੰਦਾ ਤਾਂ ਤੂੰ ਸਾਡਾ ਜ਼ਖਮੀ ਕਰਕੇ ਗਿਆ, ਅਤੇ ਕਹਿ ਤੂੰ ਇਹ ਰਹੇ ਹੋ ਕਿ ਭਾਈ ਲੋਕ ਜ਼ਖਮੀ, ਬੰਦੇ ਜ਼ਖਮੀ, ਸਾਡੇ ਬੰਦੇ ਜ਼ਖਮੀ ਕਰਦੇ। ਕਿਸੇ ਇੱਕ ਵੀ ਬੰਦੇ ਨੇ ਇਹਨਾਂ ਦੀ ਕਾਰ ਦੇ ਉੱਤੇ ਕੋਈ ਹੱਥ ਤੱਕ ਨਹੀਂ ਲਾਇਆ, ਪਰ ਇਹਨਾਂ ਵੱਲੋਂ ਇਹ ਕਹਿਣਾ ਕਿੰਨਾ ਕੁ ਉਚਿਤ ਹੈ। ਉਧਰ ਹੰਸ ਰਾਜ ਹੰਸ ਦਾ ਕੱਲ੍ਹ ਰੈਲੀ ਤੋਂ ਪਹਿਲਾਂ ਕਾਫੀ ਵਿਰੋਧ ਹੋਇਆ, ਅਤੇ PTC ਨਿਊਜ਼ 'ਤੇ ਹੰਸ ਰਾਜ ਹੰਸ ਨੇ ਖੁਲਾਸਾ ਕੀਤਾ ਕਿ PM ਮੋਦੀ ਨੇ ਮੇਰੇ ਕਰਕੇ 15 ਮਿੰਟ ਰੈਲੀ ਲੇਟ ਕੀਤੀ ਅਤੇ ਮੈਨੂੰ ਪੁਲਿਸ ਨੇ ਕਿਸੇ ਤਰ੍ਹਾਂ ਬਚਾ ਕੇ ਰੈਲੀ ਤੱਕ ਪਹੁੰਚਾਇਆ ਹੈ। ਪ੍ਰਾਈਮ ਮਿਨਿਸਟਰ ਸਾਹਿਬ ਦੀ ਰੈਲੀ ਲੇਟ ਹੋ ਰਹੀ, 15-20 ਮਿੰਟ ਰੈਲੀ, ਉਹਨਾਂ ਨੇ ਕਿਹਾ ਉਹਨੂੰ ਪਹਿਲਾਂ ਕੱਢ ਕੇ ਲਿਆਓ ਫਿਰ ਰੈਲੀ ਸਟਾਰਟ ਕਰਾਂਗੇ। ਆਪਾਂ ਕੀ ਵਿੱਚੋਂ ਕੱਢਣਾ ਚਾਹੁੰਦੇ ਹਾਂ? ਇੱਕ ਐਸਾ ਬੰਦਾ ਜਿਹੜਾ ਤੁਹਾਡੇ ਘਰਾਂ ਦਾ ਖਿਲਾਉਣਾ ਸੀ, ਜਿਹੜਾ ਤੁਹਾਡੇ ਖੁਸ਼ੀਆਂ 'ਚ ਹਾਜ਼ਰ ਹੁੰਦਾ ਸੀ, ਉਹ ਜੇ ਤੁਸੀਂ ਸੁਰ ਨੂੰ ਸਮਝਦੇ ਹੋਵੋ ਤਾਂ ਵੱਡਾ ਮੇਰਾ ਗੋਬਿੰਦ ਸੁਣਿਆ ਕਰੋ, ਗੁਰਬਾਣੀ ਦੀ ਰੀਲ ਗਾਣੇ ਸੁਣੋ ਮੇਰੇ, ਤੁਹਾਡਾ ਦਿਲ ਹੀ ਨਹੀਂ ਕਰਨਾ ਮਾਰਨ ਲਈ ਮੈਨੂੰ। ਇੱਕ ਪਾਸੇ ਹੰਸ ਰਾਜ ਹੰਸ ਦਾ ਵਿਰੋਧ ਹੋ ਰਿਹਾ, ਤਾਂ ਇਸ ਵਿਰੋਧ ਦੇ ਪਿੱਛੇ ਦਾ ਕਾਰਨ ਵੀ ਦੱਸਦੇ ਹਾਂ। ਦਰਅਸਲ ਬੀਤੇ ਦਿਨੀ ਹੰਸ ਰਾਜ ਹੰਸ ਨੇ ਇੱਕ ਬਿਆਨ ਦਿੱਤਾ ਸੀ ਜਿਸ 'ਚ ਪ੍ਰਦਰਸ਼ਨਕਾਰੀਆਂ ਨੂੰ 2 ਤਰੀਕ ਤੋਂ ਬਾਅਦ ਵੇਖ ਲੈਣ ਦੀ ਧਮਕੀ ਦਿੰਦੇ ਨਜ਼ਰ ਆਉਂਦੇ ਨੇ। ਵਿਰੋਧ ਹੋਇਆ ਤਾਂ ਉਹਨਾਂ ਦੇ ਬਿਆਨ ਵੀ ਬਦਲ ਗਏ, ਹੁਣ ਮਾਫ਼ੀ ਤੱਕ ਆ ਚੁੱਕੇ ਨੇ। ਸਿਰਫ ਇੰਨਾ ਹੀ ਨਹੀਂ, ਆਪਣੇ ਬਿਆਨ 'ਤੇ ਸਪਸ਼ਟੀਕਰਨ ਦਿੰਦਿਆਂ ਕਹਿ ਰਹੇ ਨੇ ਕਿ ਉਹ ਬਿਆਨ ਤਾਂ ਸਿਰਫ ਉਸੇ ਪਿੰਡ ਦੇ 2-4 ਬੰਦਿਆਂ ਦੇ ਲਈ ਹੈ। ਇੰਤਹਾ ਹੋ ਜਾਏ ਫਿਰ ਯੁੱਗ ਪਲਟਦਾ ਹੁੰਦਾ, ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਉਹ ਸਭ ਤੋਂ ਅੱਗੇ ਹੁੰਦੇ, ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣ ਜਾਂਦੇ ਉਹ ਪਿੱਛੇ ਚੱਲ ਜਾਂਦੇ ਹੁੰਦੇ।
ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ। ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਜਾਂਦੀਆਂ। ਉਹਨਾਂ ਕੋਲ ਉੱਥੇ ਡਾਂਗਾਂ ਖਾਧੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤੋਂ ਪਰਸੋਂ, ਉੱਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾਂ। ਹੈਂ, ਇਹ ਤਾਂ ਮੇਰੇ ਸਾਹਮਣੇ ਹੋਇਆ। ਮੈਂ ਮਿਹਨਤਾਂ ਪਾਉਂਦਾ ਰਹਿੰਦਾ, ਕਿਸੇ ਨਾਲ ਲੜਿਓ ਨਾ, ਫਸਾਦ ਨਾ ਕਰੋ ਪਿੰਡ 'ਚ, ਰੋਜ਼ ਅਪੀਲ ਕਰਦਾ। ਨਹੀਂ ਤਾਂ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ, ਅੱਗ ਲਾ ਦਿੰਦਾ ਧਰਤੀ ਨੂੰ। 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਘਦਾ ਇੱਥੇ। ਮਹੀਨਾ ਜਿਹੜੀਆਂ ਮਿਹਨਤਾਂ ਪਾਈਆਂ ਉਹ ਭੁੱਲ ਗਿਆ, ਪੈਰਾਂ 'ਚ ਸਿਰ ਰੱਖ ਕੇ ਰੋਜ਼ ਕਰਦਾ, ਫੁੱਲ ਸਿੱਟਦਾ। ਉਹ ਮੈਂ ਕੋਈ ਧਮਕੀ ਨਹੀਂ ਦਿੱਤੀ, ਮੈਂ ਇੰਨੀ ਯੋਗਾ ਨਹੀਂ ਕਿਸੇ ਨੂੰ ਧਮਕੀ ਦੇਵਾਂ। ਮੇਰੇ ਲਈ ਸਤਿਕਾਰਯੋਗ ਆ ਜਥੇਬੰਦੀਆਂ ਵੀ, ਕਿਸਾਨ ਵੀ। ਉਸ ਪਿੰਡ 'ਚ ਹਾਦਸਾ ਹੋਇਆ ਸੀ, ਉਹ ਪਿੰਡ ਦੇ ਬੰਦਿਆਂ ਨੂੰ ਮੈਂ ਕਿਹਾ ਸੀ ਤਿੰਨਾਂ ਚੌਹ ਨੂੰ, ਉਸ ਵੀਡੀਓ 'ਚ ਦੇਖੋ ਮੈਂ ਜੇ ਕਿਸਾਨਾਂ ਦੇ ਬਾਰੇ ਬੋਲਿਆ ਹੋਵਾਂ ਜਾਂ ਜਥਾਬੰਦੀ ਬਾਰੇ। ਉੱਥੇ ਬੇਟੀ ਦੇ ਕੱਪੜੇ ਪਾੜੇ ਗਏ, ਮਾਂ ਦੇ ਕੱਪੜੇ ਪਾੜੇ ਗਏ, ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ, ਜਾਤੀ ਸੂਚਕ ਲਫ਼ਜ਼ ਬੋਲੇ ਗਏ। ਉਸ ਪਿੰਡ ਜਾ ਕੇ ਰਿਸਰਚ ਕਰੋ, ਉਹਦਾ ਪਿਓ ਗਲ ਲੱਗ ਕੇ ਜਦੋਂ ਮੇਰੇ ਨਾਲ ਰੋਇਆ, ਤਿੰਨ ਯਾਰ ਕਿੱਦਾਂ ਯਕੀਨ ਦਵਾਵਾਂ ਮੈਂ ਤਾਂ ਕਿਸਾਨਾਂ ਅੱਗੇ ਸਿਰ ਹੀ ਰੱਖ ਦਿੰਦਾ, ਇੱਦਾਂ ਸਿਰ ਰੱਖਿਆ ਹੁੰਦਾ। ਭਰਾਵੋ ਜੋ ਮਰਜ਼ੀ ਕਰ ਲਓ, ਹੁਣ ਕਿਸਾਨੀ ਮਸਲਾ ਨਾ ਬਣਾਓ, ਇਹ ਉਸ ਪਿੰਡ ਦਾ ਮਸਲਾ ਆ। ਹਾਲਾਤ ਬਦਲ ਗਏ ਤਾਂ ਜਜ਼ਬਾਤ ਬਦਲ ਗਏ। ਬਿਆਨ ਤਾਂ ਦੇ ਦਿੱਤੇ ਪਰ ਹੁਣ ਵਿਰੋਧ ਤੋਂ ਬਾਅਦ ਬਿਆਨ ਵੀ ਬਦਲ ਗਏ। ਵੈਸੇ ਇਹ ਪਹਿਲਾ ਮੌਕਾ ਨਹੀਂ ਜਦ ਹੰਸਰਾਜ ਹੰਸ ਆਪਣੇ ਬਿਆਨਾਂ ਕਰਕੇ ਜਾਂ ਆਪਣੇ ਵਿਵਹਾਰ ਕਰਕੇ ਵਿਵਾਦਾਂ 'ਚ ਆਏ ਹੋਣ। ਖੈਰ, ਬਿਆਨਬਾਜ਼ੀਆਂ ਤਾਂ ਉਹ ਅੱਜ ਵੀ ਕਰ ਰਹੇ ਨੇ। ਵੇਖਣਾ ਹੁਣ ਇਹੀ ਰਹੇਗਾ ਕਿ PM ਮੋਦੀ ਦੀ ਰੈਲੀ 15 ਮਿੰਟ ਹੰਸਰਾਜ ਹੰਸ ਦੀ ਵਜ੍ਹਾ ਕਰਕੇ ਲੇਟ ਹੋਈ ਸੀ ਜਾਂ ਫਿਰ ਕਾਰਨ ਕੋਈ ਹੋਰ ਹੈ। ਸਵਾਲ ਇੱਥੇ ਇਹ ਵੀ ਹੈ ਕਿ ਰੈਲੀ 'ਤੇ ਪਹੁੰਚਣ ਤੋਂ ਪਹਿਲਾਂ ਕੀ ਹੰਸਰਾਜ ਹੰਸ ਦੀ ਗੱਡੀ ਦੀ ਵਾਕਿਆ 'ਚ ਭੰਨ ਤੋੜ ਕੀਤੀ ਗਈ ਸੀ ਜਾਂ ਫਿਰ ਕਿਸਾਨਾਂ ਨੂੰ ਹੰਸਰਾਜ ਹੰਸ ਦੀ ਗੱਡੀ ਦੀ ਫੇਟ ਵੱਜੀ? ਅਜਿਹੇ ਕਈ ਸਵਾਲ ਨੇ ਅਤੇ ਸਵਾਲੀਆ ਨਿਸ਼ਾਨ ਬਰਕਰਾਰ ਨੇ। ਬਿਊਰੋ ਰਿਪੋਰਟ, PTC ਨਿਊਜ਼।